ਆ ਫਿਰ ਹੁਣ ਵੀਰੇ ਕਰੀਏ ਕੀ ਇਹ ਭੈਣ ਹੁਣ ਜਿੱਦਾਂ ਪਹਿਲੇ ਤੂੰ ਸਕੀਮਾਂ ਲਾਈਆਂ ਨਾ ਉਦਾਂ ਹੀ ਹੁਣ ਸਕੀਮਾਂ ਲਾ ਮੇਰੇ ਹੱਥ ਵਸੋਂ ਬਾਹਰ ਗੱਲ ਬਾਹਰ ਹੈ ਤੁਹਾਨੂੰ ਪਤਾ ਜਦੋਂ ਮੈਂ ਸਟੱਡੀ ਕਰ ਰਹੀ ਨਹੀਂ ਨਾ ਤਦੋਂ ਭਾਬੀ ਨਾਲ ਵੀ ਨਾਲ ਨਾਲ ਕੰਮ ਕਰਾਉਣੀ ਨਹੀਂ ਹਾਂ ਉਹ ਤੇ ਪਤਾ ਲੱਗਦਾ ਹੀ ਆ ਇਦਾਂ ਬਾਹਰੋਂ ਬਾਹਰੋਂ ਕਿਦਾਂ ਚੰਗਾ ਨਹੀਂ ਲੱਗਦਾ ਇਦਾਂ ਉਹ ਯਾਰ ਮੈਂ ਨਹੀਂ ਚਾਹ ਪੀਣੀ ਪਹਿਲੇ ਜੋ ਪੰਗਾ ਪਿਆ ਨਾ ਉਹਨੂੰ ਸਹੀ ਕਰ ਤੁਸੀਂ ਲੱਗੋ ਲੋਕਾਂ ਦੇ ਮਗਰ ਜਿਹੜੇ ਤੁਹਾਨੂੰ ਉਂਗਲਾਂ ਲਾਉਂਦੇ ਨੇ ਆਹੋ ਮੈਂ ਲੱਗਦਾ ਲੋਕਾਂ ਦੇ ਮਗਰ ਉਹਨੂੰ ਅੰਦਰ ਬੁਲਾ ਲੈਣਾ ਅੰਦਰ ਉਹਨੂੰ ਕੀ ਬੁਲਾਉਣਾ ਸੀਗਾ ਉਹ ਤਾਂ ਦੱਸ ਕੇ ਗਿਆ ਆ ਵੀ ਸੰਦੀਪ ਦੇ ਭਰਾ ਨੂੰ ਸਾਰਾ ਕੁਝ ਪਤਾ ਲੱਗ ਗਿਆ ਕਦੋਂ ਕਾਏਗਾ नहीं नहीं बस आ गया घंटे डेढ़ घंटे तक तू चिंता ना कर फिर बह के परौने नाल गल कर लैने परौना साहब हुण आपणियां नालों वध तुहानूं वादियां ते भरोसा हो गया वा मैं भली भां सब कुछ जाणदा वां कि तुसीं की कीता दोनों भैण भरावां ने तो हुण इह ना इक मैनूं तुसीं एवें गुस्सा चढ़ी जाओ तो इदां करो इत्थों निकल दी करो बस तुहानूं लोकां ने कहता है कि इन्हां ने कुड़ी गरीब घर तोरती है तो तुसीं लोकां पिछे लग के एवें मची जांदे हो गल मचण दी नहीं हैगी जो सच आ उह सच ही आ ठीक है ना मैं तो पहले ही ना की तो तुम भी की किया जो अगले वेखण आए तो ना ही तुम कुड़ी तोरती मैं तो तुम्हें कह भी जरा कोठी पै लें दौ फिर सहे सुभा विह करा ताड़ी तो अपनी मर्जी नहीं पता लगती जे ये गल ना तो लियाओ फिर उन्होंने कागज पत्र वेखा मैं किन्नी क जमीन उन्होंने हिस्से किड़े प्लाट आ उन्होंने को लियाओ लिया क्यों नहीं जे आ की कही जान रहे तुम इस मेरी भैन का की कसूर आ मेरी भैन ने कोई चोरी की आ कि वह काम नहीं करती कोई घर का मैं तो धड़ते हैरान हाँ ये गल्ला तो विआह तो पहले वेखिया जांदियां आ गल तुम अपने दे ला के वेख लो हाँ की लावा मैं आप दे दे ना हुण तुम अपनी कुड़ी उत्थे विआहती आ अगली वधिया अपने घर वसण दी आ ते हुण तुम कही जाण डे सी कागज पत्र चैक करने आ ये किधर दा हिसाब होया हुण जे मैं उन्होंने जाके कहां भी कागज पत्र विखाओ तो किड्डी बेइज्जती वाली गल आ ये थोड़ी दिमाग नाल गल करो प्रोणा साहब जे कुछ होगा तां ही तां आपां दिखावांगे दसो की देखना तुसीं हुणे दिखा दिंदे तुहानूं ਕਿੱਦਾਂ ਦੀਆਂ ਗੱਲਾਂ ਕਰਨ ਡੇ ਜੇ ਤੁਸੀਂ ਜੇ ਤੁਸੀਂ ਫਿਰ ਵੀ ਚਾਹੁੰਦੇ ਜੇ ਨਾ ਤਾਂ ਮੈਂ ਤਜਿੰਦਰ ਕੋਲ ਜਾ ਕੇ ਉਹਦੇ ਕਾਗਜ਼ ਪੱਤਰ ਮੰਗ ਲੈਣਾ ਪਰ ਮੈਨੂੰ ਇੱਦਾਂ ਲੱਗਦਾ ਨਹੀਂ ਵੀ ਤੁਸੀਂ ਕੁੜੀ ਉੱਥੇ ਵਸਾਉਣੀ ਆ ਕੀ ਗੱਲ ਪੁੱਛਗਿੱਛ ਕਰਨ ਨੂੰ ਉਹ ਕੋਈ ਚੋਰ ਨੇ ਚੰਗਾ ਭਲਾ ਮੁੰਡਾ ਮੇਰੇ ਕੋਲ ਸਾਲ ਤੋਂ ਕੰਮ ਕਰਨ ਡਿਆ ਵਧੀਆ ਮੁੰਡਾ ਆ ਇੱਦਾਂ ਪੁੱਛਗਿੱਛ ਕਰਨ ਦੇ ਨਾਲ ਨਾ ਅਗਲੇ ਦੇ ਮਨ 'ਚ ਉਤਰ ਜਾਓਗੇ ਤੁਸੀਂ ਨਾਲੇ ਅਗਲਾ ਕਿਹੜਾ ਝੂਠਾ ਹੈ ਵੀ ਤੁਸੀਂ ਕੁਝ ਵੀ ਕਹੋਗੇ ਤਾਂ ਮੁੰਡੇ ਕੁੜੀ ਦੇ ਮਨ 'ਚ ਫਰਕ ਪੈ ਜਾਏਗਾ ਮੈਨੂੰ ਹੁਣ ਹੋਰ ਕੁਝ ਨਹੀਂ ਪਤਾ ਤੁਸੀਂ ਮੈਨੂੰ ਆਹ ਦੱਸੋ ਤੁਹਾਡਾ ਆਖਰੀ ਫੈਸਲਾ ਕੀ ਆ ਸਾਡੇ ਭੈਣ ਭਰਾਵਾਂ ਦਾ ਕੀ ਨੁਕਸਾਨ ਹੈ ਪਰ ਮੈਨੂੰ ਨਾ ਆਪਣੀ ਨਨਾਣ ਤੇ ਤਰਸ ਆਉਂਦਾ ਹੈ ਕਿ ਕਿਤੇ ਉਹਦੇ ਭਰਾ ਦੀਆਂ ਗਲਤੀਆਂ ਦੀ ਸਜ਼ਾ ਨਾ ਉਹਨੂੰ ਨਾ ਮਿਲ ਜਾਵੇ ਉਹ ਕਦੇ ਵੀ ਤੁਹਾਡੀ ਧੀ ਨੂੰ ਮਿਹਣਾ ਦੇ ਸਕਦਾ ਵਾ ਵੀ ਤੇਰੇ ਭਰਾ ਨੂੰ ਮੇਰੇ ਤੇ ਵਿਸ਼ਵਾਸ ਨਹੀਂ ਆ ਜਿਹੜਾ ਵਿਆਹ ਤੋਂ ਬਾਅਦ ਵੀ ਮੇਰੀ ਪੁੱਛਗਿੱਛ ਕਰਦਾ ਫਿਰਦਾ ਪਿੰਡ 'ਚ ਗੱਲ ਤਾਂ ਤੁਹਾਡੀ ਆਪਣੀ ਆ ਜੇ ਮੈਂ ਗੱਲ ਕੀਤੀ ਨਾ ਇਹ ਨਾ ਕੁੜੀ ਤੇ ਪਰੌਣੇ 'ਚ ਫਰਕ ਪੈ ਜੇ ਤੇ ਅਸੀਂ ਕਿਹੜਾ ਹੋਰ ਉਰਦੂ ਬੋਲਦੇ ਹਾਂ ਮੈਂ ਤੇ ਮੇਰਾ ਭਰਾ ਤੁਹਾਡੀ ਭੈਣ ਦਾ ਘਰ ਵਸਾਉਣ ਨੂੰ ਫਿਰਦੇ ਹਾਂ ਤੁਸੀਂ ਤਾਂ ਮੈਨੂੰ ਘਰੋਂ ਕੱਢਣ ਨੂੰ ਫਿਰਨ ਡਏ ਹੋ ਚੱਲ ਭੈਣੇ ਜੇ ਤੂੰ ਜਾਣਾ ਨਾ ਤੇ ਤੂੰ ਮੇਰੇ ਨਾਲ ਹੀ ਚੱਲ ਆਪਾਂ ਘਰ ਚੱਲੀਏ ਵੀਰੇ ਤੂੰ ਹੀ ਦੱਸ ਮੈਂ ਕਿੱਦਾਂ ਚੱਲ ਜਾਵਾਂ ਆਪ ਦਾ ਘਰ ਖਰਾਬ ਕਰਨ ਨੂੰ ਨਾ ਜੀ ਨਹੀਂ ਕਰਦਾ ਇਹਨਾਂ ਨੂੰ ਤੇ ਪਤਾ ਨਹੀਂ ਲੱਗਦਾ ਇਹਨਾਂ ਦਾ ਉਦਾਂ ਹੀ ਕਈ ਵਾਰੀ ਗੁੱਸਾ ਵੱਧ ਜਾਂਦਾ ਹੈ ਤੂੰ ਇਦਾਂ ਕਰ ਤੂੰ ਆਪ ਹੀ ਚੱਲ ਜਾ ਚੱਲ ਕੋਈ ਨਾ ਭੈਣੇ ਪਰੋਣਿਆਂ ਦਾ ਜ਼ੋਰ ਸਾਲਿਆਂ ਤੇ ਚੱਲ ਹੀ ਜਾਂਦਾ ਵਾ ਨਾਲ ਤੈਨੂੰ ਪਤਾ ਧੀਆਂ ਵਾਲਾ ਤੇ ਵਿਆਹ ਵੀ ਨੀਵੇਂ ਹੁੰਦੇ ਨੇ ਤੇ ਚੰਗਾ ਭਾਈ ਸਤਿ ਸ੍ਰੀ ਅਕਾਲ ਮੈਂ ਚੱਲਦਾ ਤੇ ਆਪਣੇ ਘਰ ਸ਼ਾਂਤੀ ਬਣਾਈ ਰੱਖਿਓ ਕੋਈ ਗੱਲ ਨਹੀਂ ਚੰਗਾ ਭਾਈ ਸਤਿ ਸ੍ਰੀ ਅਕਾਲ ਜਿੰਦਰ ਕੀ ਗੱਲ ਹੈ ਧੁੱਪੇ ਬੈਠੇ ਜੇ ਹੁਣ ਤਾਂ ਗਰਮੀਆਂ ਦਾ ਮੌਸਮ ਹੈ ਆਓ ਇੱਧਰ ਸਾਹਮਣੇ ਬੈਠੋ ਨਹੀਂ ਗੱਲ ਦੱਸੋ ਗੱਲ ਕੀ ਹੋਈ ਹੈ ਵੀ ਉਦਾਸ ਲੱਗਣ ਦੇ ਜੇ ਨਹੀਂ ਗੱਲ ਤਾਂ ਕੋਈ ਵੀ ਨਹੀਂ ਹੋਈ ਉਦਾਂ ਹੀ ਬਸ ਕੋਈ ਗੱਲ ਨਾ ਹੁੰਦੀ ਤੇ ਤੁਸੀਂ ਇੱਥੇ ਧੁੱਪੇ ਨਹੀਂ ਬੈਠਣਾ ਤੁਸੀਂ ਮੇਰੇ ਤੋਂ ਕੁਝ ਲੁਕਾਉਣ ਦੇ ਜੇ ਦੱਸੋ ਕੀ ਗੱਲ ਹੈ ਨਹੀਂ ਨਹੀਂ ਮੈਂ ਕੀ ਲੁਕਾਉਣਾ ਆ ਬਸ ਵੈਸੇ ਤਜਿੰਦਰ ਤੁਹਾਨੂੰ ਪਤਾ ਨਾ ਹੁਣ ਮੈਂ ਵੀ ਇਸ ਘਰ ਦੀ ਮੈਂਬਰ ਹਾਂ ਤਾਂ ਆਪਣੇ ਮੈਂਬਰਾਂ ਤੋਂ ਕੋਈ ਗੱਲ ਲੁਕਾਉਂਦਾ ਹੁੰਦਾ ਘਰ ਦੀ ਗੱਲ ਤਾਂ ਸਾਰਿਆਂ ਨੂੰ ਪਤਾ ਹੁੰਦੀ ਆ ਦੱਸੋ ਕੀ ਗੱਲ ਆ ਨਾ ਦੁੱਖ ਨਾ ਦੱਸਣ ਦਾ ਘਟਦੇ ਆ ਵੱਧਦੇ ਨਹੀਂ ਹੁੰਦੇ ਹਾਂ ਦੁੱਖ ਤੇ ਘਟ ਜਾਂਦਾ ਆ ਨਾਲੇ ਆਪਣੇ ਕੋਲ ਕਿਹੜੀ ਕਿਸੇ ਚੀਜ਼ ਦੀ ਘਾਟ ਆ ਇੰਨੀ ਚੰਗੀ ਕੁੜੀ ਨਾਲ ਵਾਹਿਗੁਰੂ ਨੇ ਵਿਆਹ ਕਰਾਤਾ ਮੇਰਾ ਮੇਰੀ ਮਾਂ ਨੂੰ ਇੰਨੀ ਚੰਗੀ ਨੌਂਹ ਮਿਲ ਗਈ ਪਰ ਉਹ ਕਹਿੰਦੇ ਹੁੰਦੇ ਆ ਨਾ ਕਿ ਪਰਮਾਤਮਾ ਦੀ ਲੀਲਾ ਦਾ ਪਤਾ ਥੋੜ੍ਹੀ ਲੱਗਦਾ ਆ ਕਦੋਂ ਕੋਈ ਅਰਸ਼ ਤੋਂ ਫਰਸ਼ 'ਤੇ
ਤੇ ਫਰਸ਼ ਤੋਂ ਅਰਸ਼ ਤੇ ਪਹੁੰਚ ਜੇ। ਉਹ ਤਾਂ ਤੁਹਾਡੀ ਗੱਲ ਬਿਲਕੁਲ ਸਹੀ ਆ, ਪਰ ਪੈਸਿਆਂ ਨਾਲੋਂ ਵੱਧ ਨਾ ਰਿਸ਼ਤੇ ਜ਼ਿਆਦਾ ਜ਼ਰੂਰੀ ਹੁੰਦੇ ਆ। ਹਾਂ ਇਹ ਤਾਂ ਹੈ ਆ, ਪਰ ਯਾਰ ਜਦੋਂ ਰੱਬ ਦੀ ਮਾਰ ਪੈਂਦੀ ਆ ਨਾ, ਚੰਗੇ ਚੰਗੇ ਬੰਦੇ ਗਰੀਬੀ ਵਿੱਚ ਆ ਜਾਂਦੇ ਆ। ਤੇ ਮੈਂ ਤਾਂ ਸੁਣਿਆ ਵਾਂ ਕਿ ਜਦੋਂ ਬੰਦੇ 'ਤੇ ਗਰੀਬੀ ਆਉਂਦੀ ਆ ਨਾ, ਤਾਂ ਉਹਦੀ ਘਰਵਾਲੀ ਉਹਨੂੰ ਛੱਡ ਕੇ ਚੱਲ ਜਾਂਦੀ ਹੈ। ਕਿੱਦਾਂ ਦੀਆਂ ਗੱਲਾਂ ਕਰਨ ਦੇ ਜੇ ਤੁਸੀਂ? ਕੀ ਸੋਚਦੇ ਰਹਿੰਦੇ ਜੇ ਸਾਰਾ ਦਿਨ? ਜੋ ਤੁਸੀਂ ਸੋਚਦੇ ਨਾ, ਇੱਦਾਂ ਦਾ ਮੇਰੇ ਦਿਮਾਗ 'ਚ ਕੁਝ ਨਹੀਂ ਹੈਗਾ। ਨਾਲ ਕਿਹੜੀ ਚੀਜ਼ ਦੀ ਘਾਟ ਹੈ ਮੈਨੂੰ? ਸਭ ਕੁਝ ਤਾਂ ਹੈ ਮੇਰੇ ਕੋਲ। ਇਹ ਸੱਚੀ ਤੇਰੀ ਆਪਣੀ ਸੋਚ ਆ? ਹਾਂਜੀ ਸੱਚੀ ਮੇਰੀ ਆਪਣੀ ਆ। ਤੁਸੀਂ ਵੀ ਨਾ ਹੁਣ ਸੋਚਣਾ ਛੱਡ ਦਿਓ। ਯਾਰ ਫਿਰ ਮੇਰੇ ਨਾਲ ਵਾਅਦਾ ਕਰ, ਕਦੀ ਵੀ ਮੈਨੂੰ ਛੱਡ ਕੇ ਤਾਂ ਨਹੀਂ ਜਾਏਂਗੀ? ਵਾਅਦਾ ਕਰਦੀ ਨਹੀਂ ਛੱਡ ਕੇ ਜਾਂਦੀ ਕਦੀ ਵੀ, ਭਾਵੇਂ ਗਰੀਬੀ ਹੋਏ ਭਾਵੇਂ ਅਮੀਰੀ। ਥੈਂਕ ਯੂ ਮੰਮੀ। ਆ ਜਾਓ ਮੰਮੀ ਜੀ। ਪੁੱਤ ਤੁਸੀਂ ਬਾਹਰ ਖਲੋ ਕੇ ਕਿਹੜੀਆਂ ਗੱਲਾਂ ਕਰੀ ਜਾਂਦੇ ਹੋ? ਉਦਾਂ ਮੰਮੀ ਗੱਲਾਂ ਜੀਆਂ ਕਰਨ ਡਏ ਕੋਈ। ਅੱਛਾ ਹੋਰ ਮੇਰੀ ਨੌਂ ਰਾਣੀ ਦਾ ਜੀ ਲੱਗਾ ਆ? ਹਾਂਜੀ ਮੰਮੀ ਜੀ, ਜੀ ਕਿਉਂ ਨਹੀਂ ਲੱਗਣਾ, ਤੁਸੀਂ ਤਾਂ ਹੈਗੇ ਇੰਨੇ ਚੰਗੇ ਹੋ। ਮੇਰੀ ਮਾਂ ਤੇ ਭਗਤਣੀ ਆ, ਮੇਰੀ ਮਾਂ ਨੇ ਨਾ ਅੱਜ ਤੱਕ ਕਦੀ ਕੋਈ ਪਾਪ ਨਹੀਂ ਕੀਤਾ। ਪੁੱਤ ਪਾਪ ਕਾਹਦਾ, ਮੇਰੀ ਕਿਹੜੀ ਕੋਈ ਧੀ ਆ, ਤੂੰ ਹੀ ਮੇਰੀ ਧੀ ਆ ਤੇ ਤੂੰ ਹੀ ਮੇਰੀ ਨੌਂ ਆ। ਹਾਂਜੀ ਮੰਮੀ ਜੀ, ਮੈਂ ਵੀ ਹੁਣ ਤੁਹਾਨੂੰ ਆਪਣੀ ਮਾਂ ਸਮਝਦੀ ਹਾਂ, ਮੇਰੀ ਮਾਂ ਤਾਂ ਹੁਣ ਹੈ ਨਹੀਂ। ਧੀਏ ਮੈਂ ਤੇਰੀ ਮਾਂ ਤੇ ਵਾਪਸ ਨਹੀਂ ਲਿਆ ਸਕਦੀ, ਪਰ ਮੈਂ ਤੇਰੀ ਮਾਂ ਬਣ ਕੇ ਨਾ ਜ਼ਰੂਰ ਦੱਸੂਗੀ ਤੈਨੂੰ। ਠੀਕ ਹੈ ਮੰਮੀ ਜੀ। ਚਲੋ ਆ ਜਾਓ ਹੁਣ ਅੰਦਰ ਚੱਲਦੇ ਹਾਂ, ਧੁੱਪ ਬੜੀ ਬਾਹਰ। ਚਲੋ ਆ ਲਓ ਚਾਹ ਪੀ ਲਓ। ਕੋਈ ਨਹੀਂ ਰੱਖਦੇ ਇੱਥੇ। ਤੇ ਲੈ ਰੱਖਣ ਦਾ ਕੀ ਮਤਲਬ ਹੈ, ਫਿਰ ਠੰਡੀ ਹੋ ਜਾਏਗੀ। ਠੰਡੀ ਚਾਹ ਵੀ ਕੋਈ ਪੀਂਦਾ ਹੈ? ਕੋਈ ਨਹੀਂ ਪੀ ਲੈਂਦੇ ਹਾਂ। ਲੈ ਤੁਸੀਂ ਐਵੇਂ ਨਾ ਮੇਰੇ ਨਾਲ ਰੁੱਸੋ, ਵੇਖੋ ਤੁਸੀਂ ਮੈਨੂੰ ਕਿੰਨੀਆਂ ਗੱਲਾਂ ਕੀਤੀਆਂ ਨੇ, ਮੈਂ ਫਿਰ ਵੀ ਤੁਹਾਡੀਆਂ ਇੰਨੀਆਂ ਗੱਲਾਂ ਸੁਣ ਕੇ ਨਾ ਤੁਹਾਡੇ ਇੱਥੇ ਹੀ ਬੈਠੀ ਹਾਂ। ਕੀ ਕਰਦਾ ਮੈਂ ਵੀ ਗੁੱਸੇ ਵਿੱਚ ਜੋ ਆਇਆ ਮੂੰਹ 'ਚ ਮੈਂ ਬੋਲਤਾ, ਬੋਲਣਾ ਵੀ ਤਾਂ ਬਣਦਾ ਹੀ ਹੈ ਨਾ। ਤੈਨੂੰ ਵੀ ਪਤਾ ਵਾ ਅਗਲੀ ਦਾ ਮਾਂ ਪਿਓ ਹੈ ਨਹੀਂ ਆ, ਸਭ ਕੁਝ ਤਾਂ ਮੈਂ ਹੀ ਹੈ ਨਾ। ਮੈਨੂੰ ਤਾਂ ਦੁੱਖ ਲੱਗਣਾ ਹੀ ਹੈ ਨਾ ਜਦੋਂ ਮੈਂ ਬਾਹਰ ਲੋਕਾਂ ਕੋਲ ਖੜਦਾ ਵਾਂ, ਲੋਕ 100-100 ਗੱਲਾਂ ਕਰਦੇ ਆ ਕਿ ਤੁਸੀਂ ਉੱਥੇ ਰਿਸ਼ਤਾ ਕਰਕੇ ਆਪਣੀ ਭੈਣ ਡੋਬ ਲਈ ਆ, ਮੈਨੂੰ ਤਾਂ ਦੁੱਖ ਲੱਗਣਾ ਕਿ ਨਹੀਂ? ਨਹੀਂ ਵੇਖੋ, ਉਹ ਕੁੜੀ ਆਪ ਹੀ ਕਹਿੰਦੀ ਸੀ ਵੀ ਮੇਰਾ ਵਿਆਹ ਕਰ ਦਿਉ, ਅਤੇ ਐਵੇਂ ਜੇ ਕੋਈ ਗਲਤ ਫੈਸਲਾ ਲੈ ਲੈਂਦੀ ਤਾਂ ਫਿਰ ਸਾਡੀ ਕੀ ਇੱਜ਼ਤ ਰਹਿਣੀ ਸੀ? ਕੋਈ ਨਹੀਂ, ਹੁਣ ਆਪਣੇ ਘਰ ਚਲ ਗਈ ਹੈ ਨਾ ਅਤੇ ਆਪੇ ਸਿਆਣੀ ਹੋ ਜਾਏਗੀ। ਨਹੀਂ ਤੈਨੂੰ ਪੱਕਾ ਪਤਾ ਵਾ ਕਿ ਉਹਦੀ ਕਿਤੇ ਗੱਲਬਾਤ ਸੀ? ਆਪਣੇ ਕੋਲ ਨਾ ਟੇਕੀਆਂ ਮਾਰਿਆ ਕਰ। ਲੈ ਤੁਹਾਨੂੰ ਮੈਂ ਦੱਸਿਆ ਤਾਂ ਸੀਗਾ, ਤੁਹਾਨੂੰ ਨਹੀਂ ਪਤਾ, ਉਹ ਮੈਨੂੰ ਨਾ ਸਾਰੀ ਗੱਲ ਦੱਸ ਦਿੰਦੀ ਹੈ, ਉਹ ਮੇਰਾ ਪਤਾ ਕਿੰਨਾ ਕਰਦੀ ਸੀ। ਚੱਲ ਛੱਡ ਹੁਣ ਇਹਨਾਂ ਗੱਲਾਂ ਨੂੰ, ਅਤੇ ਆਪਾਂ ਇੱਦਾਂ ਕਰਦੇ ਹਾਂ ਕਿ ਆਪਾਂ ਉਹਨੂੰ ਮਿਲਣ ਵੀ ਜਾਣਾ ਵਾ, ਅਤੇ ਆਪਾਂ ਲੀੜਾ ਕੱਪੜਾ ਖਰੀਦ ਲਈਏ ਕੋਈ ਵਧੀਆ ਜਿਹਾ। ਆਹੋ ਤਾਂ ਕੋਈ ਗੱਲ ਨਹੀਂ, ਕੱਲ੍ਹ ਸੋਮਵਾਰ ਹੈ ਨਾ, ਅਤੇ ਫਿਰ ਆਪਾਂ ਵਧੀਆ ਵਧੀਆ ਜਾ ਕੇ ਨਾ ਲੀੜਾ ਕੱਪੜਾ ਲੈ ਆਵਾਂਗੇ, ਤੁਸੀਂ ਟੈਨਸ਼ਨ ਨਾ ਲਓ, ਮੈਨੂੰ ਬਥੇਰੇ ਵਧੀਆ ਵਧੀਆ ਸੂਟ ਖਰੀਦਣੇ ਹੁੰਦੇ ਨੇ, ਆਪਾਂ ਵਧੀਆ ਹੀ ਲਵਾਂਗੇ। ਮੈਨੂੰ ਨਾ ਬੜਾ ਦੁੱਖ ਲੱਗਾ ਕਿ ਉਦਣ ਵਿਚਾਰੀ ਨੇ ਇੱਥੋਂ ਇੱਦਾਂ ਹੀ ਤੋਰਤਾ। ਚੱਲ ਕੋਈ ਨਹੀਂ, ਹੁਣ ਜਿਹੜੇ ਨਵੇਂ ਰਿਵਾਜ ਦੇ ਚੱਲੇ ਆ ਨਾ ਆਪਾਂ ਉਹ ਹੀ ਲੈ ਕੇ ਦੇਵਾਂਗੇ ਉਹਨੂੰ ਸਾਰੇ। ਤੁਸੀਂ ਇੱਦਾਂ ਕਰੋ ਹੁਣ ਚਾਹ ਪੀ ਲਓ। ਹਾਂ ਚੱਲ ਠੀਕ ਹੈ, ਮੈਂ ਚਾਹ ਪੀ ਲੈਂਦਾ ਵਾਂ ਫਿਰ ਚੱਲਦੇ ਹਾਂ। ਪਾਲਦੀ ਹੈ ਸਿਲਕ ਦੇ ਸੂਟ, ਬੰਦਾ ਪੁੱਛੇ ਉਹਨਾਂ ਨੂੰ ਕਿਹੜੇ ਇੰਨੇ ਮਹਿੰਗੇ ਸੂਟਾਂ ਦਾ ਪਤਾ ਹੈ, ਉਹਨਾਂ ਕੋਲ ਤਾਂ ਇਹਨਾਂ ਸੂਟਾਂ ਦੀ ਨਾ ਸਵਾਈ ਵੀ ਨਹੀਂ ਦਿੱਤੀ ਜਾਣੀ। ਮੈਂ ਇੱਦਾਂ ਕਰਾਂਗੀ, ਸਾਰੇ ਰੇਟਾਂ ਦੇ ਨਾ ਦੁੱਗਣੇ ਦੁੱਗਣੇ ਰੇਟ ਹੀ ਦੱਸਾਂਗੀ, ਇੱਕ ਗੂਜੇ ਨੂੰ ਕਿਹੜਾ ਪਤਾ ਲੱਗਣਾ ਹੈ, ਅਤੇ ਕੁਛ ਪੈਸੇ ਮੈਂ ਬਚਾ ਲਵਾਂਗੀ। ਪਰ ਸਿੰਮੀ ਇੱਦਾਂ ਕਰੀ, ਕੁਛ ਟਾਈਮ ਨਾ ਹੁਣ ਤੈਨੂੰ ਆਪਣਾ ਮੂੰਹ ਬੰਦ ਹੀ ਰੱਖਣਾ ਪੈਣਾ ਹੈ,
क्योंकि मसा ही तो गल ठंडी होई है। होर ना कि अपने गल होर नवा स्यापा पा के बिठा ली, होर ये की करे कुड़ी नू लिया के ते इत्थे मेरे गल फाह पा दे। हूँ इस करके ना मैं चुप ही रहना। हेलो हेलो। हाँ तजिंदर आ गया काम से? नहीं नहीं भाई निकल लगा बस। चल फिर छेती निकल, ते पता ना कल होना पहली मिलनी करना होना है, ते कोई गड़बड़ ना करी। नहीं नहीं भाई गड़बड़ मैं कदी करनी है, अगे भी तुम जिदा जिदा कहते मैं उदा उदा करता रहना बस। अच्छा, क्योंकि मैनु फोन आया ही ना, तेनों भी कर देंगे घंटे के तक, तो थोड़ा ध्यान ना ठीक है। हाँ जी हाँ जी कोई गल नहीं भाजी कोई गल नहीं। नाले जो आएगा ना तो आके दफ्तर मेरे को 7,000 रुपया लै जी, तो वधिया कपड़ा लट्ठा पाई, तो अगलिया नू पता लग गया भी मुड़ा जरा वधिया है ना। भाजी मेरे को 2,000 रुपया पिया वा जो पहलों दते है यार। करती ना फिर तू गरीबों वाली गल, 2,000 रुपये ना अज के टाइम तो की होंगे? चुप करके ना 7,000 रुपया दफ्तर चो आके लै जी। चलो ठीक है भाजी मैं ले लूंगा। तो आ जी है ते नाले एक गल होर, हुण तो जरा ओवर टाइम लाना चालू कर, ते ऐतवार आ जा कर, बहुत पैसे बन गए तेरे वल। ठीक है भाजी कोई गल नहीं। हाँ। ऐतवार नु भी आ जा करूंगा। चल ठीक है, ते मिंटो मिंट पहुंच गए तो मैं फिर मिली आके। हाँ जी हाँ जी ठीक। ओके मैं तो फस गया ब्याह करा के। संदीपा भांडे ले जाओ मैं चलिया।